ਪੈਟਰੋਲ ਦਾ ਭਰਿਆ ਟੈਂਪੂ ਆ ਰਿਹਾ ਸੀ, ਲੇਕਿਨ ਬਹੁਤ ਰਫਤਾਰ ਸੀ। ਉਸ ਮੋੜ ਦੀ ਕੋਈ ਦੇਖਭਾਲ ਨਹੀਂ, ਆਪਣੀ ਮਰਜ਼ੀ ਨਾਲ ਇੱਥੇ ਐਂਬੂਲੈਂਸ ਹੀ ਨਹੀਂ ਆਈ। 2 ਘੰਟੇ ਬੰਦਾ ਬਣਾ ਰੱਖਿਆ, ਕਟਰ ਨਾਲ ਵੱਢ ਗਏ ਗੱਡੀ ਦੀ ਵਾਢੀ, ਤਾਂ ਬੰਦੇ ਕੱਢੇ ਜੀ। ਬਿਲਾਸਪੁਰ ਤੋਂ ਮਟਰਾਂ ਦੀ ਗੱਡੀ ਆ ਰਹੀ ਸੀ ਅਤੇ ਮੋੜ ਹਾਦਸਾ ਵਾਪਰਿਆ, ਜਿਹਦੇ ਵਿੱਚ 2 ਡਰਾਈਵਰ ਵਿੱਚ ਫਸੇ ਹੋਏ ਸੀ। ਇੱਕ ਪਹਿਲਾਂ ਕੱਢ ਲਿਆ ਅਤੇ ਦੂਸਰਾ ਅਸੀਂ ਕੱਢਣਾ ਕੱਟ ਕੇ ਬਾਹਰ ਕੱਢ ਕੇ ਹੋਸਪਿਟਲ, ਸਿਵਲ ਹੋਸਪਿਟਲ ਆਨੰਦਪੁਰ ਸਾਹਿਬ ਭੇਜ ਰੈਫਰ ਭੇਜ ਦਿੱਤਾ ਗਿਆ। ਸੱਟਾਂ, ਲੱਤ ਇੱਕ ਫੈਕਚਰ ਹੈ, ਦੂਜੇ ਦੀਆਂ 2 ਲੱਤਾਂ ਹੈ, ਪਹਿਲਾਂ ਬੇਹੋਸ਼ੀ ਹਾਲਤ ਦੇ ਵਿੱਚ ਨੇ। ਬਿਲਾਸਪੁਰ ਤੋਂ ਟਮਾਟਰਾਂ ਦਾ ਭਰਿਆ ਟੈਂਪੂ ਆ ਰਿਹਾ ਸੀ, ਲੇਕਿਨ ਬਹੁਤ ਰਫਤਾਰ ਸੀ, ਉਹ ਇਹਦੇ ਵਿੱਚ ਗਿਰ ਗਿਆ। ਦੇਣੀ ਖਾਲੀ 'ਚ ਜੋ ਮੋੜ ਆ, ਖਤਰਨਾਕ ਮੋੜ ਹੈ, ਕੋਈ ਦੇਖਭਾਲ ਨਹੀਂ ਆ ਉਹਦੀ, ਉਸ ਮੋੜ ਦੀ ਕੋਈ ਦੇਖਭਾਲ ਨਹੀਂ, ਆਪਣੀ ਮਰਜ਼ੀ ਨਾਲ ਇੱਥੇ ਐਂਬੂਲੈਂਸ ਹੀ ਨਹੀਂ ਆਈ। 2 ਘੰਟੇ ਬੰਦਾ ਬਣਾ ਰੱਖਿਆ, ਬਾਕੀ ਬੰਦਾ ਉੱਦਾਂ ਜਾਨੋ ਠੀਕ ਹੈ, ਬਾਕੀ ਭਾਈ ਫੈਕਚਰ ਤਾਂ ਹੈ ਹੀ। ਹਾਂਜੀ, ਮੈਂ 10:33 ਐਂਬੂਲੈਂਸ ਡਰਾਈਵਰ ਬੋਲ ਰਿਹਾ ਜੀ, NHI ਤੋਂ। ਅਤੇ ਸਾਡੇ ਦੇਣੀ ਇੱਕ ਗੱਡੀ ਪਲਟ ਗਈ ਹੈ, ਟਮਾਟਰਾਂ ਦੀ ਭਰੀ ਹੋਈ ਜੀ, ਉਹਦੇ ਵਿੱਚ 2 ਬੰਦੇ ਸੀਗੇ ਅਤੇ ਦੋਨੋਂ ਸੀਰੀਅਸ। ਇੱਕ ਨੂੰ ਆਪਾਂ ਆਪਣੀ ਐਂਬੂਲੈਂਸ ਵਿੱਚ ਪਾ ਕੇ ਆਨੰਦਪੁਰ ਸਾਹਿਬ ਲੈ ਗਏ ਅਤੇ ਦੂਜੀ ਐਂਬੂਲੈਂਸ ਬੁਲਾਈ ਆ, ਉਹਦੇ ਵਿੱਚ ਦੂਜਾ ਬੰਦਾ ਵੀ ਭੇਜ ਦਿੱਤਾ। ਬਾਕੀ ਹੁਣ ਹੋਸਪਿਟਲ ਜਾ ਕੇ ਲੱਗੇ, ਸਾਨੂੰ ਤੁਰੰਤ ਜੇ ਇਸ ਟਾਈਮ ਫੋਨ ਆਇਆ ਸੀ, ਤੁਰੰਤ ਇੱਥੇ ਪਹੁੰਚ ਕੇ 5 ਮਿੰਟ 'ਚ, ਅਤੇ ਜੋ ਸਾਡੀ ਕਾਰਵਾਈ ਸੀ ਅਸੀਂ ਕਰ ਦਿੱਤੀ। ਬਿਲਾਸਪੁਰ ਰੋਡ 'ਤੇ ਗੱਡੀ ਪਲਟੀ ਜੀ, ਦੇਣੀ ਕੀਰਤਪੁਰ ਸਾਹਿਬ ਆਪਣਾ ਦੇਣੀ ਜੀ, ਪੁਲ 'ਤੇ ਗੱਡੀ ਜਿਹੜੀ 2 ਬੰਦੇ ਸੀਗੇ ਫੱਟੜ ਹੋਏ, ਅਸੀਂ ਸਥਾਨੀ ਮਿਸਤਰੀ ਹੈ ਜੀ ਇੱਥੇ, ਅਤੇ ਅਸੀਂ ਕਟਰ ਨਾਲ ਵੱਢ ਗਏ ਗੱਡੀ ਦੀ ਵਾਢੀ, ਤਾਂ ਬੰਦੇ ਕੱਢੇ ਜੀ, ਤਾਂ ਮਤਲਬ ਆਨੰਦਪੁਰ ਸਾਹਿਬ ਭੇਜੇ, ਅਤੇ ਜੀ ਦੋਨਾਂ ਨੂੰ ਸੱਟਾਂ ਲੱਗੀਆਂ ਹੋਈਆਂ ਜੀ, ਕਾਫੀ ਮਤਲਬ ਹੈ ਹੀ ਆ, ਮਤਲਬ ਫੱਟੜ 'ਤੇ ਤਕੜੇ ਆ ਜੀ। ਨਹੀਂ ਜੀ, ਨੰਬਰ ਨਹੀਂ ਦੇਖੇ ਜੀ। ਦੇਸ਼ ਵਿਦੇਸ਼ ਦੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਪੰਜਾਬੀ ਸਟੇਸ਼ਨ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। ਫੇਸਬੁੱਕ ਅਤੇ ਇੰਸਟਾਗ੍ਰਾਮ ਉਪਭੋਗਤਾ ਸਾਡੇ ਪੇਜ ਨੂੰ ਲਾਈਕ ਅਤੇ ਫੋਲੋ ਕਰੋ। ਪੰਜਾਬੀ ਸਟੇਸ਼ਨ ਚੈਨਲ ਨੂੰ ਪੱਤਰਕਾਰਾਂ ਦੀ ਜ਼ਰੂਰਤ ਹੈ, ਚਾਹਵਾਨ ਸੰਪਰਕ ਕਰੋ। ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸਾਡੀ ਈਮੇਲ ਅਤੇ ਸਾਡੇ ਨੰਬਰ 9417574552 'ਤੇ ਸੰਪਰਕ ਕਰੋ। ਧੰਨਵਾਦ।